ਹਰਿਮੰਦਰ ਪੁਲਿਸ ਨੇ 2014 ਚ ਹੋਈ ਦੋਹਰੇ ਹੱਤਿਆਕਾਂਡ ਦੇ ਮੁੱਖ ਤਿੰਨ ਆਰੋਪੀਆਂ ਜੋ ਕਿ ਅਦਾਲਤ ਦੇ ਵੱਲੋਂ ਭਗੌੜੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤਿੰਨਾਂ ਆਰੋਪੀਆਂ ਨੂੰ ਕੋਰਟ ਚ ਪੇਸ਼ ਕਰ ਜੇਲ੍ਹ ਭੇਜਣ ਦੀ ਤਿਆਰੀ ਕਰ ਲਈ ਹੈ। ਨੰਬਰ 170 ਡੇਟਡ 28/4 ਅੰਡਰ ਸੈਕਸ਼ਨ 302 201 148 IPC PSC ਡਿਵੀਜ਼ਨ ਇਹਦੇ ਵਿੱਚ ਇਹ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਕਿ ਪੁਲਿਸ ਦੀ ਗ੍ਰਸਤ ਤੋਂ ਬਾਹਰ ਚੱਲੇ ਆ ਰਹੇ ਸੀ, ਬੜੀ ਦੇਰ ਤੋਂ PO ਚੱਲਦੇ ਆ ਰਹੇ ਸੀ, ਇਹਨਾਂ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਪਰਮਿੰਦਰ ਕੌਰ JMIC ਦੀ ਅਦਾਲਤ ਵੱਲੋਂ ਇਹ 16/1/2015 ਨੂੰ PO ਕਰਾਰ ਦਿੱਤੇ ਗਏ ਸੀ। ਇਹ PO ਜਿਹੜੇ ਤਿੰਨੋਂ ਇਹ 82-83 ਦੇ ਨੇ ਜਿਨ੍ਹਾਂ ਦੀ ਅੱਜ ਤੱਕ ਅਰੈਸਟ ਨਹੀਂ ਪਈ ਸੀ। ਅੱਜ ਮੈਂ ਅਤੇ ਮੇਰੇ ਸਟਾਫ ਨੇ ਸਵੇਰੇ ਮੋਰਨਿੰਗ ਜਾ ਕੇ ਰੇਡ ਕਰਕੇ ਇਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਅਸੀਂ ਅੱਜ ਤੱਕ ਇਸ ਮੁਕੱਦਮੇ ਦੇ ਵਿੱਚ ਕੋਰਟ 'ਚ ਨਹੀਂ ਪੇਸ਼ ਹੋਏ ਅਤੇ ਕਾਫੀ ਦੇਰ ਤੋਂ PO ਚੱਲਦੇ ਆ ਰਹੇ ਸੀ, ਜਿਨ੍ਹਾਂ ਦੀ ਦੌਰਾਨੇ ਪੁੱਛਗਿੱਛ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਇਹ ਆਪੋ ਆਪਣੇ ਵੱਖੋ ਵੱਖ ਰਿਸ਼ਤੇਦਾਰਾਂ ਦੇ ਘਰ ਲੁਕ ਛੁਪ ਕੇ ਰਹਿ ਰਹੇ ਸੀ, ਜਿਨ੍ਹਾਂ ਨੂੰ ਅੱਜ ਮੁੱਖ ਬਰਖਾਸ ਦੀ ਇਤਲਾਹ 'ਤੇ ਰੇਡ ਕਰਕੇ ਵੱਖ ਵੱਖ ਜਗ੍ਹਾ ਤੋਂ ਗ੍ਰਿਫਤਾਰੀ ਪਾਈ ਇਹਨਾਂ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।